ਸਾਰੇ ਦਰਸ਼ਕਾਂ ਦਾ ਅਸੀਂ ਫਿਰ ਤੋਂ ਸਵਾਗਤ ਕਰਦੇ ਹਾਂ। ਬੀਤੇ ਦਿਨੀ ਦਿੱਲੀ ਪੁਲਿਸ ਦੁਆਰਾ 2 ਬੱਬਰ ਖਾਲਸਾ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਹਨਾਂ ਦੋਨੋਂ ਨੂੰ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਇਹਨਾਂ ਵਿੱਚੋਂ ਇੱਕ ਸਾਥੀ ਭੁਪਿੰਦਰ ਸਿੰਘ ਉਰਫ ਦਿਲਾਵਰ ਦੀ ਪਤਨੀ ਮੀਡੀਆ ਦੇ ਸਾਹਮਣੇ ਆਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਤਨੀ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ। ਉਹਨਾਂ ਕੋਲ ਹਥਿਆਰ ਕਿੱਥੋਂ ਆਏ ਜਦੋਂ ਕਿ ਉਹਨਾਂ ਦੇ ਕੋਲ ਤਾਂ ਪੈਸੇ ਹੀ ਨਹੀਂ ਸਨ। ਹੋਰ ਕੀ ਕਿਹਾ ਉਹਨਾਂ ਨੇ, ਆਓ ਦੇਖਦੇ ਹਾਂ। ਅਸਲਾ ਜੀ ਉਹਦੇ ਕੋਲੋਂ ਆ ਕਿੱਥੋਂ ਗਿਆ ਅਸਲਾ? ਸਾਨੂੰ ਤਾਂ ਯਕੀਨ ਨਹੀਂ ਆ ਰਿਹਾ ਵੀ ਉਹਦੇ ਕੋਲੇ ਅਸਲਾ ਹੋਊਗਾ। ਕੋਈ ਪੈਸਾ ਨਾ ਉਹ ਵਾਧੂ ਲੈ, ਸਿਰਫ 100 ਰੁਪਈਆ ਬਾਹਰ ਲੈ ਕੇ ਗਿਆ ਵਾ, ਬਾਕੀ ਪੈਸੇ ਹੈ ਹੀ ਨਹੀਂ। ਅਸਲਾ ਕਿੱਥੋਂ ਖਰੀਦਿਆ ਨੇ ਦੱਸੋ? ਹਾਂਜੀ, ਜੁਮੇ ਵਾਲੇ ਦਿਨ 12 ਵਜੇ ਘਰੋਂ ਗਏ ਆ। 12 ਵਜੇ ਜਾ ਕੇ ਫੇਰ ਨਹੀਂ ਵਾਪਸ ਆਏ ਹੈਗੇ। ਕਿਹਦੇ ਨਾਲ ਗਏ ਸੀ? ਉਹ ਗਏ ਸੀ ਜੀ, ਮੁੰਡਾ ਸੀ ਉੱਥੋਂ, ਬਿੰਜਲ ਦਾ ਮੁੰਡਾ ਸੀ ਜੀ। ਉਹ ਕੀ ਕਹਿ ਕੇ ਗਿਆ ਸੀ ਘਰੇ? ਘਰੇ ਮੈਨੂੰ ਕਹਿ ਕੇ ਗਿਆ ਵੀ ਅਸੀਂ 5 ਵਜੇ ਨੂੰ ਘਰੇ ਆ, ਲੁਧਿਆਣੇ ਹੀ ਜਾਣਾ ਵਾ, ਇੱਦੋਂ ਗਾਂਹ ਕਿਤੇ ਨਹੀਂ ਜਾਣਾ। ਕੀ ਕੰਮ ਕਰਦੇ ਸੀ ਜੀ? ਉਹ ਕੰਮ ਕਰਦੇ ਸੀ ਜੀ, ਟਿੱਕੀਆਂ ਦਾ ਲਾਉਣਾ ਸੀ ਜੀ। ਉਹਨਾਂ ਨੇ ਪਹਿਲਾਂ ਘਲਾੜਾ ਲਾਉਂਦੇ ਸੀ, ਉਦੋਂ ਬਾਅਦ ਟਿੱਕੀਆਂ ਦਾ ਲਾਉਣਾ ਸੀ। ਸਮਾਨ ਲਿਆਂਦਾ ਪਿਆ ਘਰੇ ਜੀ, ਇਹ ਨਹੀਂ ਪਤਾ ਸਮਾਨ ਲੈਣ ਗਏ ਸੀ, ਇਹ ਨਹੀਂ ਪਤਾ ਜੀ ਮੈਨੂੰ ਕੀ ਕਰਨ ਗਏ ਸੀ, ਲੁਧਿਆਣੇ ਹੀ ਕਹਿ ਕੇ ਗਏ ਆ ਮੈਨੂੰ ਤਾਂ। ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਅੱਜ? ਸਾਨੂੰ ਜੀ ਪੁਲਿਸ ਵਾਲਿਆਂ ਦਾ 12 ਵਜੇ ਫੋਨ ਆਇਆ, 12 ਵਾਲੇ ਦਿਨ ਵੀ ਉਹਨੂੰ ਅਸੀਂ ਅਰੈਸਟ ਕਰ ਲਿਆ। ਨਾ ਕੋਈ ਪੈਸਾ ਜੀ, ਨਾ ਉਹ ਲੈ ਕੇ ਗਿਆ ਘਰੋਂ ਕੋਈ ਪੈਸਾ, ਨਾ ਉਹ ਵਾਧੂ ਲੈ, ਸਿਰਫ 100 ਰੁਪਈਆ ਬਾਹਰ ਲੈ ਕੇ ਗਿਆ ਵਾ, ਬਾਕੀ ਪੈਸੇ ਹੈ ਹੀ ਨਹੀਂ। ਅਸਲਾ ਕਿੱਥੋਂ ਖਰੀਦਿਆ ਨੇ ਦੱਸੋ? ਤੁਹਾਡੀ ਆਰਥਿਕ ਹਾਲਤ ਕਿਵੇਂ ਆ? ਵੀ ਘਰ ਦਾ ਹਾਲਾਤ ਕਿਸ ਤਰ੍ਹਾਂ? ਬੇਟੇ ਪੁਲਿਸ ਕਹਿ ਰਹੀ ਅਸਲਾ ਖਰੀਦਿਆ। ਘਰ ਦੇ ਹਾਲਾਤ ਕਿਵੇਂ ਨੇ ਤੁਹਾਡੇ? ਹਾਲਾਤ ਜੀ ਸਾਡੇ ਮੰਦੇ ਹੀ ਆ, ਹਾਲਾਤ ਤਾਂ ਸਾਡੇ ਖਰਾਬ ਨੇ ਘਰ ਦੇ।